Congress leader Sukhpal Khera, who was recently released from jail, and he has addressed his maiden rally with the workers of Palat for the first time after coming from jail. So we will ask him about his case and the charges that he faces, and what is the future of his political journey after this. ਭਗਵੰਤ ਮਾਨ ਮੇਰੀ ਸਪੋਰਟ ਕਰਦਾ ਰਿਹਾ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਤੋਂ ਹਟਾਇਆ ਗਿਆ ਸੀ ਮੈਨੂੰ ਇਸੇ ਕੇਸ ਕਰਕੇ ਮੇਰੇ ਉਦੋਂ ਹਮਲਾ ਹੋਇਆ ਸੀਗਾ ਇਸੇ ਕੇਸ ਨੂੰ ਲੈ ਕੇ ਪਹਿਲਾਂ ਅਕਾਲੀਆਂ ਨੇ ਹਮਲਾ ਕੀਤਾ ਇਸੇ ਕੇਸ ਨੂੰ ਲੈ ਕੇ ਮੇਰੇ ਤੇ ਈਡੀ ਦਾ ਹਮਲਾ ਹੋਇਆ ਇਸੇ ਕੇਸ ਨੂੰ ਲੈ ਕੇ ਅਮਰਿੰਦਰ ਸਿੰਘ ਨੇ ਦੋ ਆਦਮੀਆਂ ਨੇ ਬਿਆਨ ਦਿੱਤੇ ਇੱਕ ਜਿਹੜਾ ਹੁਣ ਵਿਟਨੈਸ ਬਣਿਆ ਮੇਰੇ ਖਿਲਾਫ ਇੱਕ ਅੱਧਾ ਹੋਰ ਕਿ ਅਸੀਂ ਅੱਧਾ ਕਿਲੋ ਹੀਰੋਇਨ ਗੁਰਦੇਵ ਸਿੰਘ ਦੇ ਕੋਲੋਂ ਖਰੀਦੀ ਤੇ ਪਰਚਾ ਉਹਨਾਂ ਤੇ ਕੀਤਾ ਨੀ 2024 ਤੱਕ ਇਹਦਾ ਫਿਰ ਉਹਨਾਂ ਨੇ ਉਹ ਜਿਮਨੀ ਕੱਢ ਕੇ ਯੂਜ਼ ਕੀਤੀ ਕਿ ਆਹ ਬੰਦੇ ਨਵੇਂ ਹੈਗੇ ਨੇ ਇਹਨਾਂ ਨੂੰ ਖਹਿਰੇ ਇਹਦੇ ਥਰੂ ਖਹਿਰੇ ਨੂੰ ਉਹਨਾਂ ਨੇ ਮੇਰਾ ਉਹਨੂੰ ਟਿਊਟਰ ਕਰਕੇ ਤੇ ਮੇਰਾ ਨਾਮ ਲਵਾ ਦਿੱਤਾ ਤੁਸੀਂ ਦੱਸੋ ਮੈਨੂੰ ਕਿ ਇਜ਼ ਇਟ ਪੋਸੀਬਲ ਕਿ ਮੈਂ 2015 ਚ ਅੱਜ ਤੋਂ 8 ਸਾਲ ਪਹਿਲਾਂ ਗੋਲਡ ਦਾ ਬਿਸਕਟ ਉਹਨੂੰ ਦਿੱਤਾ ਹੋਊਗਾ ਹਾਈਕੋਰਟ ਦੇ ਜੱਜ ਸਾਹਿਬ ਜਦੋਂ ਸੁਣ ਰਹੇ ਸੀ ਨਾ ਉਹ ਕਹਿੰਦੇ ਕਿ ਵਾਟ ਸਟੋਰੀ ਆਰ ਯੂ ਬ੍ਰਿੰਗਿੰਗ ਅਬਾਊਟ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਖਹਿਰਾ ਇਸ ਡਰੱਗ ਮਾਫੀਆ ਤੋਂ ਜਾਂ ਇਸ ਗਰੋਹ ਤੋਂ ਪੈਸੇ ਕਮਾਉਂਦਾ ਡਰੱਗ ਮਨੀ ਇਹੀ ਕਹਿੰਦੇ ਨੇ ਨਾ ਆਈ ਐਮ ਸਪੋਜ਼ਡਲੀ ਅਰਨਿੰਗ ਮਨੀ ਫਰੋਮ ਦਾ ਡਰੱਗ ਟ੍ਰੇਡ ਨਾ ਤੇ ਫਿਰ ਮੈਂ ਉਹ ਬੰਦਾ ਜਿਹੜਾ ਵਿਟਨੈਸ ਬਣਿਆ ਉਹਨੂੰ ਬਿਸਕਟ ਕੋ ਦੇ ਰਿਹਾ ਬੁਲਾ ਕੇ ਆਪਣੇ ਘਰ ਇਹ ਪੁੱਛਿਆ ਜੱਜ ਸਾਹਿਬ ਨੇ ਹਾਈਕੋਰਟ ਚ ਵਾਟ ਲੌਜਿਕ ਡਸ ਇਟ ਮੇਕ ਜਾਂ ਤਾਂ ਬਿਸਕਟ ਮੈਨੂੰ ਦਿੰਦਾ ਮੇਰੇ ਕੋਲ ਰਿਕਵਰੀ ਦਿਖਾ ਨਹੀਂ ਸੀ ਸਕਦੇ ਉਹ ਤਾਂ ਘਵਾ ਲਿਆ ਔਰ ਅਗਲੀ ਗੱਲ ਜਿਹੜਾ ਦੂਜਾ ਪਰਚਾ ਦਰਜ ਕੀਤਾ ਨਾ ਉਹ ਪਰਚਾ ਇਹਨਾਂ ਨੇ ਇੱਡਾ ਝੂਠਾ ਵਾ ਇਨ ਦਾ ਹਰੀ ਆਫ ਇਨ ਦਾ ਹਿਟਰੇਡ ਐਂਡ ਹਰੀ ਟੂ ਰਜਿਸਟਰ ਕੇਸ ਅਗੇਂਸਟ ਮੀ ਐਂਡ ਕੀਪ ਮੀ ਇਨ ਦਾ ਜੇਲ ਦੇ ਫੋਗੋਟ ਕਿ ਜਿਹੜੀ ਸਟੋਰੀ ਬਣਾਈ ਨਾ ਕਿ ਮੈਂ ਗਵਾਹ ਨੂੰ ਡਰਾ ਰਿਹਾ ਵਾਂ ਉਹ ਗਵਾਹ ਹੀ ਨਹੀਂ ਸੀ ਉਦੋਂ ਉਹਦੀ ਵਾਈਫ ਸ਼ਿਕਾਇਤਾਂ ਦੇ ਰਹੀ ਆ ਜੱਜ ਸਾਹਿਬ ਨੂੰ ਤੇ ਪੁਲਿਸ ਨੂੰ 15 ਅਕਤੂਬਰ ਨੂੰ ਤੇ 22 ਅਕਤੂਬਰ ਨੂੰ ਕਿ ਮੈਨੂੰ ਡਰਾ ਰਹੇ ਨੇ ਵਿਟਨੈਸ ਤਾਂ ਬਣਿਆ ਉਹ 30 ਅਕਤੂਬਰ ਨੂੰ ਮੈਂ ਪਹਿਲਾਂ ਹੀ ਕਿੱਦਾਂ ਡਰਾ ਲਿਆ ਕਿ ਤੂੰ ਗਵਾਹੀ ਨਾ ਦੇ ਜਾਂ ਗਵਾਹੀ ਗਵਾਹੀ ਤੋਂ ਮੁੱਕਰ ਜਦ ਮੈਂ ਗਵਾਹੀ ਦਿੱਤੀ ਨਹੀਂ ਸੀਗੀ ਦਿਸ ਕੇਸ ਮੈਜਿਸਟ੍ਰੇਟ ਤੁਸੀਂ ਐਂ ਕਰੋ ਤੁਸੀਂ ਨਾ ਮੇਰੀ ਮਦਦ ਕਰੋ ਮੇਰਾ ਨਾ ਕੇਸ ਕਿਸੇ ਤਰੀਕੇ ਨਾਲ CBI ਕੋਲੋਂ ਆ ਕੇ ਦਿਓ ਜਾਂ ਕੋਈ ਫੇਅਰ ਇਨਵੈਸਟੀਗੇਸ਼ਨ ਕਰਾ ਕੇ ਦਿਓ ਇਹਨਾਂ ਸਾਰਿਆਂ ਦੇ ਉਲਟੇ ਪਰਚੇ ਦਰਜ ਹੋਏ ਦੇ ਵਿਲ ਆਲ ਬੀ ਕਾਟ ਬਿਕੋਜ਼ ਇਹਨਾਂ ਨੇ ਤਾਂ ਝੂਠ ਬੁਲਵਾਇਆ ਮੈਂ ਤਾਂ ਸੱਚ ਬੁਲਵਾਉਣਾ ਵਾਂ ਅੱਛਾ ਦਾ ਗਵਰਨਮੈਂਟ ਇਜ਼ ਅਪੈਰੈਂਟਲੀ ਸੋ ਕਨਵਿੰਸਡ ਅਬਾਊਟ ਯੂਰ ਕੇਸ ਦੈਟ ਦੇ ਇਵਨ ਅਪੀਲ ਟੂ ਸੁਪਰੀਮ ਕੋਰਟ ਦੇ ਵੈਂਟ ਇਨ ਸੱਚ ਅ ਹਰੀ ਟੂ ਗੈਟ ਮਾਈ ਬੇਲ ਕੈਨਸਲਡ ਇਟ ਇਜ਼ ਨਾਟ ਅਬਾਊਟ ਦ ਕਨਵਿਕਸ਼ਨ ਇਟ ਅਬਾਊਟ ਦ ਹੇਟ ਹੇਟਰੇਡ ਇਟ ਇਜ਼ ਆਊਟ ਆਫ ਵਾਈ ਆਰ ਦੇ ਫਾਈਟਿੰਗ BLP ਕੇਸਿਸ ਲਾਈਕ ਦਿਸ ਇਨ ਦਿਸ ਸਪਿਰਿਟ ਵਾਈ ਆਰ ਦੇ ਫਾਈਟਿੰਗ SYL ਕੇਸਿਸ ਇਨ ਦਿਸ ਸਪਿਰਿਟ ਉੱਥੇ ਤਾਂ ਆਪਣੇ ਨੋਰਮਲ ਜੇ ਵਕੀਲ ਭੇਜ ਦਿੰਦੇ ਨੇ ਮੇਰੇ ਖਿਲਾਫ ਵਕੀਲ ਜਿਹੜੇ ਭੇਜਦੇ ਸੁਪਰੀਮ ਕੋਰਟ ਪੇਸ਼ ਹੋਏ ਉਹ 25 ਲੱਖ ਰੁਪਏ ਫੀਸ ਹੈ ਉਹਨਾਂ ਦੀ ਇੱਕ ਦਿਨ ਦੀ ਦੋ ਵਕੀਲ ਦੋ ਦਿਨ ਲਗਾਤਾਰ ਖੜੇ ਹੋਏ ਹਾਈਕੋਰਟ 'ਚ ਵੀ ਉਹੀ ਆਏ ਜਿਹੜਾ ਕਹਿੰਦਾ ਨਾ ਭਗਵੰਤ ਕਿ ਮੈਂ 55 ਲੱਖ ਰੁਪਏ ਮੁਖਤਾਰ ਅੰਸਾਰੀ ਦਾ ਅਮਰਿੰਦਰ ਤੋਂ ਮੈਂ ਰਿਕਵਰ ਕਰਾਉਣਾ ਵਾਂ ਉਹ ਤਾਂ ਬਾਅਦ 'ਚ ਰਿਕਵਰ ਕਰਾ ਲਈ ਪਹਿਲਾਂ 5 ਕਰੋੜ ਤਾਂ ਮੇਰੇ 'ਤੇ ਖਰਚਤਾ ਇਹਨੇ ਬੰਦੇ ਨੇ ਸੋ ਐਂਡ ਸੁਪਰੀਮ ਕੋਰਟ ਸੈਟ ਆਬਜ਼ਰਵੇਸ਼ਨ ਜਿਹੜੀਆਂ ਆਰਡਰ ਤਾਂ ਚਲੋ ਉਹਨਾਂ ਦਾ ਇੱਕ ਸੁਪਰੀਮ ਕੋਰਟ ਦੀ ਆਬਜ਼ਰਵੇਸ਼ਨ ਸੁਣੋ ਉਹ ਕਹਿੰਦੇ ਜੇ ਵੈਨ ਹੀ ਵਾਸ ਪ੍ਰੋਟੈਕਟਿਡ ਬਾਈ ਦੀ ਸੁਪਰੀਮ ਕੋਰਟ ਆਰਡਰ ਆਫ ਕੁਐਸ਼ਨ ਕੁਐਸ਼ਨਿੰਗ ਆਫ ਹਿਸ ਸਮਨਸ ਯੂ ਕੁਡ ਨਾਟ ਇਨਵੈਸਟੀਗੇਟ ਹਿਮ
ਜੇ ਤੁਸੀਂ ਕਰਨਾ ਸੀ ਤੁਸੀਂ ਪਹਿਲਾਂ ਚਲਾਨ ਚ ਕਿਉਂ ਨਹੀਂ ਪਾਇਆ? ਕਰਨਗੇ ਜ਼ਰੂਰ, ਬਿਕੋਜ਼ ਆਈ ਥਿੰਕ ਦੇਰ ਇੰਨੀ ਜ਼ਿਆਦਾ ਨਫ਼ਰਤ ਦੀ ਭਾਵਨਾ ਨਾਲ ਬਦਲਾਪੁਰੀ ਤੋਂ ਉਤਰੇ ਹੋਏ ਨੇ ਐਂਡ ਮੈਕੇਨਿਜ਼ਮ ਵੀ ਇਹਨਾਂ ਦੇ ਨਾਲ ਸਾਰਾ ਮਿਲ ਗਿਆ ਹੋਇਆ ਵਾ। ਪੁਲਿਸ ਤੰਤਰ ਇਹਨਾਂ ਦੇ ਨਾਲ, ਚੰਗੇ ਅਫਸਰਾਂ ਨੇ ਤਾਂ ਜਵਾਬ ਦਿੱਤਾ ਸੀਗਾ। ਮੈਂ ਉਸ ਦਿਨ ਕੋਰਟ ਵੀ ਕੀਤਾ ਆਪਣੀ ਇੰਟਰਵਿਊ ਚ, DIG ਫਿਰੋਜ਼ਪੁਰ ਜਿੱਥੇ ਅਸਲ SIT ਬਣਨੀ ਚਾਹੀਦੀ ਸੀ ਉਹ ਤਾਂ ਮੰਨਿਆ ਨਹੀਂ। ਜਿਹੜੀ SSP ਮਾਨਸਾ ਸੀ ਅਵਨੀਤ ਕੌਰ, ਉਹਨਾਂ ਨੂੰ ਪਹਿਲਾਂ ਕਿਹਾ ਗਿਆ ਪ੍ਰੈਸ਼ਰ ਪਾਏਗਾ, ਉਹ ਨਹੀਂ ਮੰਨੇ, ਕਹਿੰਦੇ ਅਸੀਂ ਨਹੀਂ ਕਰਨਾ। ਫਿਰ ਇੱਧਰੋਂ ਦੁਆਬੇ ਚੋਂ ਬੰਦੇ ਲਿਜਾਏ ਗਏ, ਫਿਰ ਉਹਨਾਂ ਨੂੰ ਅੱਛੀਆਂ ਪੋਜੀਸ਼ਨਸ ਪ੍ਰੋਮਿਸ ਕੀਤੀਆਂ ਗਈਆਂ, ਬਾਅਦ ਚ ਪੋਜੀਸ਼ਨ ਮਿਲ ਵੀ ਜਾਂਦੀਆਂ ਨੇ। ਅੱਛਾ, ਕਮਿੰਗ ਟੂ ਵਾਟ ਯੂ ਜਸਟ ਸੈਡ, ਗਵਰਨਮੈਂਟ ਨੇ ਕਿੱਥੇ ਦੇਣੀ ਆ ਜੀ? ਫਿਰ ਤਾਂ ਇਹਨਾਂ ਦੇ ਪੁਲਿਸ ਵਾਲੇ ਸਾਰੇ ਮਾਰੇ ਜਾਣਗੇ ਉਸ ਪਰਚੇ ਚ। ਜਸਟਿਸ Now the BJP state chief Sunil Jakhad, in your absence, he said that the Congress left you, and he really raised this issue during his PC also. Sunil, one thing that what is a personal friend of mine, I can only thank him, he is a very good man. ਤੇ ਜਿਹੜੀ ਦੂਜੀ ਗੱਲ ਉਹਨਾਂ ਨੇ ਕਹੀ ਹੈ ਪਾਰਟੀ ਦੀ, ਥੋੜ੍ਹਾ ਜਿਹਾ ਪਬਲਿਕ ਡੋਮੇਨ 'ਚ ਵੀ ਇਹ ਗੱਲ ਆਈ ਕਿ ਪਾਰਟੀ ਨੂੰ ਜਿੰਨੀ ਸਪੋਰਟ ਕਰਨੀ ਚਾਹੀਦੀ ਸੀ ਉਹਨਾਂ ਨੇ ਨਹੀਂ ਕੀਤੀ, ਪਰ ਚਲੋ ਕੋਈ ਗੱਲ ਨਹੀਂ। ਤੁਹਾਨੂੰ ਇਦਾਂ ਲੱਗਦਾ? ਪਤਾ ਕਿਉਂ ਆ? ਦੇਖੋ ਪਤਾ ਕੀ, ਡਰਦੇ ਨੇ ਨਾ, ਹਰ ਇੱਕ ਆਦਮੀ ਡਰਦਾ ਯਾਰ। ਐਵਰੀਬਡੀਜ਼ ਗੋਟ, ਉਹਨਾਂ ਦੇ ਘਰ ਪਰਿਵਾਰਾਂ ਵਿੱਚ ਔਰਤਾਂ ਬੈਠੀਆਂ ਨੇ, ਬੱਚੇ ਬੈਠੇ ਨੇ, ਕੱਲ ਨੂੰ ਉਹਨਾਂ ਦੀਆਂ ਔਰਤਾਂ ਨੂੰ ਉਹਦੇ 'ਚ ਇੰਟੈਂਗਲ ਕਰ ਲੈਣਗੇ, ਲੀਡਰਾਂ ਨੂੰ ਫੜ ਕੇ ਅੰਦਰ ਜੇਲ੍ਹ 'ਚ ਭੇਜ ਦੇਣਗੇ। ਸੋ ਐਵਰੀਬਡੀਜ਼, ਇਟਸ ਅ ਇੱਕ ਨਾ ਭੈ ਦਾ ਮਾਹੌਲ ਪੈਦਾ ਹੋਇਆ ਪੰਜਾਬ ਦੇ ਵਿੱਚ, ਜਿਹਦੇ ਕਰਕੇ ਥੋੜ੍ਹਾ ਬਹੁਤਾ ਨਹੀਂ, ਪਰ ਪਾਰਟੀ ਮੇਰੇ ਨਾਲ ਖੜੀ ਹੈ, ਪਾਰਟੀ ਨੇ ਪਿਆਰ ਬਹੁਤ ਕੀਤਾ। ਦੇ ਆਲ ਕੇਮ ਮੀਟ ਮੀ ਇਨ ਦ ਜੇਲ੍ਹ, ਤਿੰਨ ਤਿੰਨ ਚਾਰ ਚਾਰ ਵਾਰੀ ਆਣ ਕੇ ਮਿਲੇ ਨੇ। ਯੂ ਵਿਲ ਸੇਇੰਗ ਦੇਵੇਂਦਰ ਯਾਦਵ ਜੀ ਤੇ ਮਿਸਟਰ ਬਾਜਵਾ ਆਲਸੋ ਮੈਟ ਯੂ ਇਨ ਜੇਲ੍ਹ, ਸਾਰੇ ਮਿਸਟਰ ਰਾਜਾ ਵੜੇ ਜਿੰਨੇ ਮੈਂ ਨਾਮ ਲਿਸਟ ਹੈ ਤੋਂ ਸਾਰੇ। ਵਾਟ ਇਜ਼ ਦ ਵਿਦ ਦ ਕਾਂਗਰਸ ਐਂਡ ਯੂ ਨੋ ਦ ਫਿਊਚਰ ਕੋਰਸ ਆਫ ਦ ਕਾਂਗਰਸ ਪਾਰਟੀ ਹੁਣ ਆਉਣ ਵਾਲੇ ਟਾਈਮ ਚ? ਮੋਸਟ ਲਾਈਕਲੀ ਸਾਡਾ ਇਹਨਾਂ ਨਾਲ ਗੱਠਜੋੜ ਨਹੀਂ ਹੋਏਗਾ, ਤੇ ਜੋ ਮਰਜ਼ੀ ਕਰੀ ਜਾਣ, ਵੀ ਆਰ ਨਾਟ ਕੰਸਰਨ ਚੰਡੀਗੜ੍ਹ ਜਾਂ ਹਰਿਆਣਾ, ਦਿੱਲੀ, ਗੋਆ, ਬਿਕੋਜ਼ ਇਟ ਡਜ਼ਨਟ ਮੇਕ ਸੈਂਸ। ਕੁਐਸਚਨ ਦ ਕੋਰ ਇਸ਼ੂ ਇਜ਼ ਕਿ BJP ਨੂੰ ਰੋਕਣਾ 2024 ਚ ਇਹ ਮਤਲਬ ਦੇਸ਼ ਵਿੱਚ ਦੁਬਾਰਾ ਸਰਕਾਰ ਨਾ ਬਣਾਵੇ, ਤੇ ਪੰਜਾਬ ਦੇ ਵਿੱਚ ਤਾਂ BJP ਪਹਿਲਾਂ ਰੁਕੀ ਹੋਈ ਹੈ। ਵਾਟ ਇਜ਼ ਦ ਲੌਜਿਕ ਆਫ ਨੰਬਰ 1 ਪਾਰਟੀ, ਨੰਬਰ 2 ਪਾਰਟੀ ਜਿਹੜੀਆਂ ਟੌਪ ਤੇ ਪਾਰਟੀਆਂ ਵਾ, ਟੂ ਡਿਫੀਟ ਦ ਨੰਬਰ 4 ਪਾਰਟੀ? ਡਜ਼ਨਟ ਮੇਕ ਸੈਂਸ। ਹਾਂ, ਅਸੀਂ ਲੜੀਏ ਲੈਦਾ ਲੈਦਾ, ਅਸੀਂ ਜਿੰਨੇ ਵੀ MP ਜਿੱਤ ਕੇ ਜਾਵਾਂਗੇ, ਅਸੀਂ ਸਾਰੇ ਇੰਡੀਆ ਅਲਾਇੰਸ ਦੇ ਨਾਲ ਹੀ ਰਹਿਣਾ। ਵਾਟ ਇਜ਼ ਦ ਫਿਲਾਸਫੀ ਯੂ ਬੇਅਰਿੰਗ ਫਰਮ ਦ ਕਾਂਗਰਸ ਪਾਰਟੀ? ਡੂ ਯੂ ਥਿੰਕ ਇਨ ਅਲਾਇੰਸ ਇਜ਼? ਨਹੀਂ, ਆਈ ਥਿੰਕ ਮੋਸਟ ਲਾਈਕਲੀ ਆਲ ਆਵਰ ਲੀਡਰਸ, ਆਲ ਆਵਰ ਕੇਡਰ ਐਂਡ ਆਵਰ ਲੀਡਰਸ ਇਨ ਦਿੱਲੀ ਅੰਡਰਸਟੈਂਡ, ਐਂਡ ਆਈ ਡੋਨਟ ਥਿੰਕ ਦੇ ਵਿਲ ਹੈਵ ਐਨ ਅਲਾਇੰਸ। ਅੱਛਾ, ਫਾਈਨਲੀ ਯੂ ਮੈਂਸ਼ਨਡ ਦੀਪ ਸਿੱਧੂ ਐਂਡ ਸਿੱਧੂ ਮੂਸੇਵਾਲਾ ਐਂਡ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਐਂਡ ਝੂਠੇ ਪਰਚੇ ਵਟੇ ਵੀ ਯੂ ਮੈਂਸ਼ਨਿੰਗ ਦੀਸ ਇਸ਼ੂਸ। ਕਪੂਰਥਲੇ ਪੰਜਾਹ 60% ਬੀਬਨਾ ਵਾੜੇ ਜਿਹੜੇ NDPS ਦੇ ਪਰਚੇ ਨਾ, ਪੁਲਿਸ ਦੀ ਮਜਬੂਰੀ ਬਣ ਗਈ ਆ, ਬਿਕੋਜ਼ ਇਟ ਬਿਕਮ ਸੱਚ ਏ ਸੋਸ਼ਲ ਐਂਡ ਪੋਲੀਟੀਕਲ ਇਸ਼ੂ ਬਰਨਿੰਗ। ਉੱਤੋਂ ਹਦਾਇਤਾਂ ਨੇ ਕਿ ਪਰਚੇ ਕਰੋ, ਬੰਦੇ ਫੜੋ, ਪਰਚੇ ਕਰੋ, ਬੰਦੇ ਫੜੋ। ਉਹ ਫਿਰ ਜਿਹੜੇ ਫੜੀ ਜਾਂਦੇ ਨੇ, ਜਿਹੜਾ ਉਹਨਾਂ ਦੇ ਕਾਬੂ ਆ ਗਿਆ NDPS ਦਾ ਪਰਚਾ ਦਰਜ ਕਰਕੇ, ਜੇ ਨਾਭੇ ਜੇ 1000 ਆਦਮੀ ਸੀਗਾ
ਤੇ 600-700 ਦਾ ਨਾਂ NDPS ਦਾ ਹੀ ਹੈ। ਸਾਰੇ ਅੰਦਰ ਗੋਲੀਆਂ ਤੇ ਲੱਗੇ ਹੋਏ ਨੇ, ਨਸ਼ੇ ਖਾ ਰਹੇ ਨੇ ਸਾਰੇ, ਕੋਈ ਡੀਡਿਕਸ਼ਨ ਨਹੀਂ ਜ਼ਿਲ੍ਹਿਆਂ ਦੇ ਵਿੱਚ ਵੀ। ਆਪ ਕਪੂਰਥਲਾ ਸੋ ਸਿੰਗਲ ਆਊਟ ਕੇ ਇੱਥੇ ਪਰਚੇ ਦਾਜ਼ਾ ਹੋ ਰਹੇ ਨੇ। ਵੀ ਟਾਕਿੰਗ ਅਬਾਊਟ ਦੁਆਬਾ, ਦੈਟਸ ਵਾਟ ਆਈ ਮੈਂਸ਼ਨ। ਹਾਂ ਆਈ ਅੰਡਰਸਟੈਂਡ, ਬਟ ਹੋਲ ਆਫ ਪੰਜਾਬ ਦੇ ਸਨ ਇਸ਼ੂ ਇਨਕਾਊਂਟਰਸ ਹੋ ਰਹੇ ਨੇ ਝੂਠੇ। ਔਰ ਜੋ ਕੁਛ ਇੱਥੇ ਤੁਸੀਂ ਦੀਪ ਸਿੱਧੂ ਦਾ ਮੈਂ ਤਾਂ ਕਿਹਾ ਵਾ ਕਿ ਅਗਰ ਵਿਦੇਸ਼ਾਂ 'ਚ ਵੀ ਬੈਠੇ ਸਿੱਖਾਂ ਨੂੰ ਉੱਥੇ ਟਾਰਗੇਟ ਕੀਤਾ ਜਾ ਰਿਹਾ, ਵਾਟ ਇਜ਼ ਦਾ ਗਰੰਟੀ ਹਾਊ ਐਮ ਆਈ ਸੇਫ ਹੇਅਰ ਇਨ ਪੰਜਾਬ? ਚਾਰ ਪੁਲਿਸ ਵਾਲੇ ਥੋੜ੍ਹਾ ਮੈਨੂੰ ਬਚਾ ਲੈਣਗੇ? ਇਟਸ ਅ ਕੌਜ਼ ਆਫ ਵਰੀ। ਦ ਚੀਫ ਮਿਨਿਸਟਰ ਸ਼ੁੱਡ ਹੈਵ ਸਪੋਕਨ ਅਬਾਊਟ ਇਟ, ਅਕਾਲੀ ਦਲ ਪ੍ਰੈਜ਼ੀਡੈਂਟ ਸ਼ੁੱਡ ਹੈਵ ਸਪੋਕਨ ਅਬਾਊਟ ਦੀ ਇਸ਼ੂ। ਐਂਡ ਅਨਦਰ ਥਿੰਗ ਆਈ ਵੁੱਡ ਲਾਸਟਲੀ ਐਡ ਇਜ਼ ਕਿ ਆਹ ਜਿਹੜਾ NSC ਵੀ ਇਨਫਲਿਕਟ ਕੀਤਾ, ਇਹ ਵੀ ਗਲਤ ਗੱਲ। ਉਦਾਂ ਛੋਟੇ ਮੋਟੇ ਤੁਸੀਂ ਇੱਕ ਪਾਸੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਟੰਗੀ ਹੋਈ ਹੈ, ਦ ਲਾਅਰ ਦ ਮੇਕਰ ਆਫ ਦ ਕਨਸਟੀਟਿਊਸ਼ਨ, ਡਿਡ ਬਾਬਾ ਸਾਹਿਬ ਅੰਬੇਦਕਰ ਹੈਵ ਯੂਆਪਾ ਔਰ NSA? ਨੋ। ਸੋ ਤੁਹਾਡੇ ਕੋਲ ਜਿਹੜਾ ਅਵੇਲੇਬਲ ਸੈਕਸ਼ਨ ਆ, ਤੁਸੀਂ ਅਗਰ ਉਹਨਾਂ ਨੇ ਕੋਈ ਥਾਣੇ ਭੰਨ ਤੋੜ ਕੀਤੀ ਸੀ, ਉਹਨਾਂ ਨੂੰ ਫੜੋ ਅੰਦਰ ਦਿਓ, 307 ਦਿਓ, ਪੰਜਾਬ ਦੀ ਜੇਲ੍ਹ ਤਾਂ ਰੱਖੋ, ਬਾਏ ਵੀ ਟੇਕਨ ਦੇ ਦੇ ਪੂ ਗਾਰਡ, ਵਾਟ ਫੋਰ? ਸੋ ਆਲ ਦਿਸ ਇਜ਼ ਹੈਪਨਿੰਗ, ਵਟ ਐਵਰ ਇਜ਼ ਹੈਪਨਿੰਗ ਇਜ਼ ਬੈਡ।